ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਚਲੇ ਜਾਓ, ਤੁਹਾਨੂੰ ਇੱਕ ਪੰਜਾਬੀ ਮਿਲੇਗਾ, ਉਹਨੂੰ ਪੁੱਛੋ ਭਾਜੀ ਕਿੱਥੋਂ, ਉਹ ਬੰਦਾ ਕਹੇਗਾ ਜਲੰਧਰ ਤੋਂ, ਕਿਉਂਕਿ ਬਾਹਰ ਜਾਣਾ ਜਲੰਧਰ ਵਾਲਿਆਂ ਦਾ ਸਵੈਗ ਆ, ਬਹੁਤ ਬਾਹਰ ਜਾਂਦੇ, ਬਹੁਤ ਜ਼ਿਆਦਾ। ਅਸੀਂ ਲੋਕ ਵੈਸ਼ਨੋ ਦੇਵੀ ਜਾਈਏ ਨਾ, ਨੋਰਮਲ ਸਰਕਲ ਹੈ, ਅੰਮ੍ਰਿਤਸਰ, ਜੰਮੂ, ਕਟਰਾ, ਦਰਸ਼ਨ, ਥਕਾਵਟ, ਘਰ ਆ ਕੇ ਰੈਸਟ, ਇਹਨਾਂ ਦਾ ਇੱਦਾਂ ਨਹੀਂ ਹੈ। ਜਲੰਧਰ ਵਾਲਾ ਜਲੰਧਰ, ਜੰਮੂ, ਕਟਰਾ, ਦਰਸ਼ਨ, ਥਕਾਵਟ, ਥਾਈਲੈਂਡ, ਯਾਰ ਇਹਨਾਂ ਦੀ ਨਾੜ ਦੇ ਨਾੜ ਜਿਹੜੇ ਉੱਥੇ ਚੱਲ ਜਾਂਦੇ ਯਾਰ, ਕਹਿੰਦੇ ਉੱਥੇ ਵਧੀਆ ਮਾਲ ਛੀਏ ਗਏ। ਇਨ ਕੇਸ ਸਾਨੂੰ ਬਟਾਲਾ, ਗੁਰਦਾਸਪੁਰ ਤੋਂ ਕੋਈ ਮਿਲੇ, ਉਹਨੂੰ ਪੁੱਛੋ ਤੈਨੂੰ ਬਾਹਰ ਭੇਜਿਆ ਕਿੰਨੇ ਆ, ਉਹ ਬੰਦਾ ਕਹੇਗਾ ਜਲੰਧਰ ਵਾਲਿਆਂ ਨੇ, ਕਿਉਂਕਿ ਲੋਕਾਂ ਨੂੰ ਬਾਹਰ ਭੇਜਣਾ ਇਹਨਾਂ ਦਾ ਬਿਜ਼ਨਸ ਹੈ। ਮੈਂ ਇੱਕ ਵਾਰੀ ਜਲੰਧਰ ਗਿਆ, ਮੈਂ ਉੱਥੇ ਬੋਰਡ ਪੜ੍ਹਿਆ, ਇੱਥੇ ਹਰ ਪ੍ਰਕਾਰ ਦੇ ਵੀਜ਼ੇ ਬਾਜ਼ਾਰ ਨਾਲੋਂ ਸਸਤੇ ਪਾਏ ਜਾਂਦੇ ਆ। ਵਿਆਹ ਸ਼ਾਦੀ ਖੁਸ਼ੀ ਦੇ ਮੌਕਿਆਂ 'ਤੇ ਆਰਡਰ ਬੁੱਕ ਕਰਾਓ, ਮੈਂ ਕਿਹਾ ਬਲਕ 'ਚ ਵੀਜ਼ੇ ਦੇ ਰਹੇ ਹੋ, ਕਹਿੰਦੇ ਨਹੀਂ ਪਾਪਾ ਦੀ ਹਲਵਾਈ ਵੀ ਹੈ ਨਾ। ਤੁਹਾਨੂੰ ਪਤਾ ਮਹਾਤਮਾ ਗਾਂਧੀ ਆਪਣੇ ਨਾਲ ਜਹਾਜ਼ 'ਚ ਇੱਕ ਬੱਕਰੀ ਲੈ ਕੇ ਗਏ ਸੀ, ਉਸ ਬੱਕਰੀ ਦਾ ਵੀਜ਼ਾ ਕਿਹਨੇ ਲਵਾਇਆ ਸੀ, ਕਿਹਨੇ ਲਵਾਇਆ ਸੀ? ਨਹੀਂ, ਵਿਨੇ ਹੈਰੀ ਨੇ। ਮੈਂ ਇੱਕ ਜਗ੍ਹਾ ਜੋਕ ਕੀਤਾ, ਕਹਿੰਦੇ ਉਦੋਂ ਵਿਨੇ ਹੈਰੀ ਹੈਗਾ, ਮੈਂ ਕਿਹਾ ਪਹਿਲੇ ਵਿਨੇ ਹੈਰੀ ਆਇਆ, ਫਿਰ ਉਹਨੇ ਕੈਨੇਡਾ ਦਾ ਮੈਪ ਬਣਾਇਆ, ਫਿਰ ਉਹਨੇ ਕਿਹਾ ਬਰਫ਼ ਬੜੀ ਇਕੱਠੀ ਹੋਈ ਪੰਜਾਬੀ ਬੁਲਾ ਲਓ ਉੱਥੇ।